ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਯੂਰ ਗੋਲਡਨ ਥਰੈਡ ਬੁਟੀਕ ਅੱਜ ਆਪਾਂ ਤੁਹਾਡੇ ਲਈ ਕੁਝ ਅਪਡੇਟਸ ਲੈ ਕੇ ਆਏ ਹਾਂ ਜੋ ਆਪਣੇ ਕੋਲ ਪ੍ਰਿੰਟਡ ਸਟੱਫ ਨਵਾਂ ਆਏ ਹੈ ਤੁਹਾਨੂੰ ਮੈਂ ਅੱਜ ਉਹ ਦਿਖਾਉਂਗੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਸੌਰੀ ਫੀਲ ਕਰਦੀ ਹਾਂ ਕਿਉਂਕਿ ਪਿਛਲੇ ਦਿਨ ਹੀ ਅਸੀਂ ਕੋਈ ਵੀ ਵੀਡੀਓ ਅਪਲੋਡ ਨਹੀਂ ਕਰ ਸਕੇ ਕਿਉਂਕਿ ਇੱਕ ਤਾਂ ਸਾਨੂੰ ਬੁਟੀਕ ਵਿੱਚ ਸਕੈਡਿਊਲ ਸੀ ਜਿਹੜਾ ਉਹ ਬਹੁਤ ਬਿਜ਼ੀ ਚੱਲ ਰਿਹਾ ਸੀ ਅਤੇ ਸੈਕਿੰਡਲੀ ਆਪਾਂ ਨੇ ਸ਼ਿਫਟਿੰਗ ਕੀਤੀ ਸੀ ਸੋ ਉਹਦੇ ਕਰਕੇ ਟਾਈਮ ਨਹੀਂ ਮਿਲਿਆ ਸੋ ਅੱਜ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਉਹ ਪ੍ਰਿੰਟਡ ਸੂਟਸ ਨੇ ਤੁਸੀਂ ਉਹਦੇ ਵਿੱਚ ਕਲਰਸ ਵਗੈਰਾ ਤੁਹਾਨੂੰ ਮਿਲ ਸਕਦੇ ਨੇ ਅਤੇ ਤੁਸੀਂ ਇੱਕ ਵਾਰੀ ਚੈੱਕ ਕਰਿਓ ਹਾਂਜੀ ਇਹ ਬਾਨੀ ਪ੍ਰਿੰਟ ਹੈ ਇਹ ਆਪਣਾ ਬਣਿਆ ਹੋਇਆ ਕੋਟਨ ਸਿਲਕ 'ਤੇ ਇਸ ਦੇ ਨਾਲ ਟਾਈ ਐਂਡ ਡਾਈ ਬੋਟਮ ਹੈ ਐਂਡ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਉਹ ਵੀ ਟਾਈ ਐਂਡ ਡਾਈ ਹੈ ਇਹਦੇ ਵਿੱਚ ਤੁਹਾਨੂੰ ਕਲਰਸ ਮਿਲ ਜਾਣਗੇ ਠੀਕ ਹੈ ਜੀ ਇਹਨੂੰ ਆਪਾਂ ਲੇਸਿਸ ਦੇ ਨਾਲ ਵੀ ਰੈਡੀ ਕਰ ਸਕਦੇ ਹਾਂ ਅਤੇ ਆਪਾਂ ਐਮਬਰਾਇਡਰੀ ਵੀ ਇੱਥੇ ਕਰ ਸਕਦੇ ਹਾਂ ਨੈਕਸਟ ਹੈ ਜੀ ਆਪਣਾ ਕੋਟਨ ਦਾ ਸੂਟ ਹੈ ਇਹ ਸ਼ਰਟ ਹੈ ਔਰ ਇਹਦੀ ਬੋਟਮ ਹੈ ਜਿਹੜੀ ਉਹ ਪਲੇਨ ਹੈ ਇਹ ਇਸਦਾ ਕੋਟਾ ਦਾ ਦੁਪੱਟਾ ਡਿਜੀਟਲ ਪ੍ਰਿੰਟ ਦੁਪੱਟਾ ਜੀ ਇਹਨੂੰ ਵੀ ਆਪਾਂ ਲੇਸਿਸ ਦੇ ਨਾਲ ਔਰ ਸਲਵਾਰ ਅਤੇ ਐਮਬਰਾਇਡਰੀ ਵਗੈਰਾ ਕਰਕੇ ਸ਼ਰਟ ਅਤੇ ਲੇਸਿਸ ਦੀ ਫਿਨਿਸ਼ਿੰਗ ਕਰਕੇ ਆਪਾਂ ਸਟਿਚ ਕਰ ਸਕਦੇ ਹਾਂ ਸਮਰ ਦੇ ਲਈ ਪਰਫੈਕਟ ਵੀਅਰ ਨੇ ਇਹ ਵਾਲੇ ਸੂਟ ਇਹਦੇ ਵਿੱਚ ਤੁਹਾਨੂੰ ਕਲਰਸ ਮਿਲ ਜਾਣਗੇ ਇੱਕ ਇਸ ਦੇ ਵਿੱਚ ਇਹ ਪੀਚ ਕਲਰ ਹੈ ਥੋੜ੍ਹਾ ਪ੍ਰਿੰਟ ਦਾ ਫਰਕ ਹੈ ਫੈਬਰਿਕ ਸੇਮ ਹੈ ਸੈਲਫ ਦੇ ਵਿੱਚ ਇਹਦੀ ਬੋਟਮ ਹੈ ਔਰ ਇਹ ਸ਼ਰਟ ਹੈ ਪ੍ਰਿੰਟਡ ਇਹਦੇ ਨਾਲ ਮੈਚਿੰਗ ਆਪਾਂ ਕਲਰਸ ਯੂਜ ਕਰਕੇ ਐਮਬਰਾਇਡਰੀ ਕਰ ਸਕਦੇ ਹਾਂ ਇਹਦੇ 'ਤੇ ਔਰ ਇਹ ਇਸਦਾ ਦੁਪੱਟਾ ਹੈ ਕੋਟੇ ਦਾ ਦੁਪੱਟਾ ਦੁਪੱਟਾ ਬਹੁਤ ਪਿਆਰਾ ਇਹਦਾ ਇੱਕ ਆਪਣੇ ਕੋਲ ਇਸਦੇ ਵਿੱਚ ਆਫ ਵਾਈਟ ਸ਼ੇਡ ਹੈ ਫੈਬਰਿਕ ਇਹ ਟਿਸਟਾ ਦਾ ਟਿਸਟਾ ਕੋਟਨ ਹੈ ਇਹ ਵਾਲੀ ਇੱਕ ਇਸਦੇ ਵਿੱਚ ਆਫ ਵਾਈਟ ਸ਼ੇਡ ਹੈ ਆਫ ਵਾਈਟ ਸਕਿਨ ਟੋਨ ਦੇ ਵਿੱਚ ਚਲੇ ਜਾਂਦਾ ਇਹ ਵਾਲਾ ਔਰ ਇਸ ਦੀ ਬੋਟਮ ਹੈ ਇਹ ਵੀ ਸੈਲਫ ਦੇ ਵਿੱਚ ਸੇਮ ਉੱਦਾਂ ਹੀ ਆਪਣਾ ਡਿਜੀਟਲ ਪ੍ਰਿੰਟ ਦੁਪੱਟਾ ਆਏਗਾ ਕੋਟਾ ਦਾ ਓਕੇ ਨੈਕਸਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਜਾਰਜਟ ਦਾ ਸੂਟ ਹੈ ਲੈਵੈਂਡਰ ਸ਼ੇਡ ਦੇ ਵਿੱਚ ਇਹ ਸੂਟ ਹੈ ਇਸ ਦੀ ਸ਼ਰਟ ਹੈ ਔਰ ਇਸ ਦੀ ਬੋਟਮ ਹੈ ਸੈਲਫ ਦੇ ਵਿੱਚ ਆਪਾਂ ਇਹਨੂੰ ਐਮਬਰਾਇਡਰੀ ਨਾਲ ਅਤੇ ਲੇਸਿਸ ਦੇ ਨਾਲ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਉੱਦਾਂ ਆਪਾਂ ਰੈਡੀ ਕਰ ਸਕਦੇ ਹਾਂ ਬਹੁਤ ਤਰੀਕੇ ਨੇ ਇਹਨੂੰ ਰੈਡੀ ਕਰਨ ਦੇ ਕੋਸ਼ਿਸ਼ ਕਰਾਂਗੇ ਅੱਗੇ ਜੋ ਸੂਟ ਬਣ ਰਹੇ ਨੇ ਤੁਹਾਨੂੰ ਉਹ ਦਿਖਾਵਾਂ ਮੈਂ ਅਤੇ ਉਹਦੇ ਵਿੱਚ ਤੁਹਾਨੂੰ ਥੋੜ੍ਹਾ ਆਈਡੀਆ ਹੋ ਜੂਗਾ ਕਿ ਪ੍ਰਿੰਟਡ ਸੂਟ ਆਪਾਂ ਕਿਵੇਂ ਰੈਡੀ ਕਰ ਸਕਦੇ ਹਾਂ ਇਹ ਆਪਣਾ ਸੂਟ ਕੋਟਨ ਸਿਲਕ 'ਤੇ ਹੈ ਬਹੁਤ ਪਿਆਰਾ ਸ਼ੇਡ ਹੈ ਠੀਕ ਹੈ ਜੀ ਇੱਕ ਇਹੀ ਫੈਬਰਿਕ ਦੇ ਵਿੱਚ ਆਪਣੇ ਕੋਲ ਆਲ ਓਵਰ ਸੂਟ ਹੈ ਇੱਕ ਕੋਟਨ ਸਿਲਕ ਸਟਫ ਹੈ ਇਹਨੂੰ ਲਾਈਨਿੰਗ ਰਿਕੁਆਇਰ ਹੈ ਲਾਈਨਿੰਗ ਇਸ 'ਤੇ ਲੱਗੇਗੀ ਇਹ ਵੀ ਕਲਰ ਬਹੁਤ ਪਿਆਰਾ ਦੇਖੋ ਦੁਪੱਟਾ ਤੁਸੀਂ ਇਹਦੇ ਨਾਲ ਟਾਈ ਐਂਡ ਡਾਈ ਕਰਕੇ ਤੁਸੀਂ ਇਹਨੂੰ ਮੈਚਿੰਗ ਕਰ ਸਕਦੇ ਹੋ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਬਣਦਾ ਨੈਕਸਟ ਸੂਟ ਹੈ ਜੀ ਆਪਣਾ 2x2 'ਤੇ ਮੈਜੈਂਟਾ ਸ਼ੇਡ ਹੈ ਪ੍ਰੋਪਰ ਰਾਣੀ ਸ਼ੇਡ ਬਹੁਤ ਅੱਛਾ ਪ੍ਰਿੰਟ ਹੈ ਬੋਟਮ ਇਸਦੀ ਪਲੇਨ ਹੈ ਇਹਨੂੰ ਵੀ ਆਪਾਂ ਇੱਦਾਂ ਹੀ ਐਮਬਰਾਇਡਰੀ ਦੇ ਨਾਲ ਜਾਂ ਫਿਰ ਲੇਸਿਸ ਦੇ ਨਾਲ ਅਕੋਰਡਿੰਗ ਟੂ ਯੂਅਰ ਬਜਟ ਆਪਾਂ ਇਹਨੂੰ ਰੈਡੀ ਕਰ ਸਕਦੇ ਹਾਂ ਜੀ ਇੱਕ ਆਪਣੇ ਕੋਲ ਇਹ ਸ਼ਰਟ ਪੀਸ ਹੈ ਜੀ ਇਹ ਸਾਊਥ ਕੋਟਨ ਦੇ ਵਿੱਚ ਇਸ ਦਾ ਬਾਰਡਰ ਹੈ ਡਿਜ਼ਾਈਨਿੰਗ ਆਪਾਂ ਆਪਣੇ ਅਕੋਰਡਿੰਗ ਇਸਨੂੰ ਕਰ ਸਕਦੇ ਹਾਂ ਇਸ ਦਾ ਦੁਪੱਟਾ ਇਹਦੀ ਵੀ ਫਿਨਿਸ਼ਿੰਗ ਆਪਾਂ ਲੇਸਿਸ ਦੇ ਨਾਲ ਜਾਂ ਫਿਰ ਐਮਬਰਾਇਡਰੀ ਦੇ ਨਾਲ ਕਰ ਸਕਦੇ ਹਾਂ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਤੁਹਾਡੇ ਨਾਲ ਪ੍ਰਿੰਟਡ ਸੂਟਾਂ ਦੇ ਜੋ ਡਿਜ਼ਾਈਨਿੰਗ ਕਰਦੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਡੇਲੀ ਅਪਡੇਟ ਦਿੰਦੇ ਰਹੀਏ ਸੋ ਅੱਜ ਦੇ ਲਈ ਧੰਨਵਾਦ ਥੈਂਕ ਯੂ